ਕੀ ਮਾਰਦੇ ਰਹੇ ਮੈਨੂੰ ਤੁਹਾਨੂੰ ਸਮਝ ਨਹੀਂ ਮੈਨੂੰ ਪਾਉਂਦਾ ਜੀ ਹਾਂਜੀ ਮੇਰੀ ਬੱਬਰੀ ਗਈ ਉੱਥੇ ਉੱਥੇ ਉਹਨਾਂ ਘਰ ਜਾਂਦਾ ਉਹ ਕਹਿੰਦਾ ਸਾਡੇ ਨਾਲ ਨਿੱਕੇ ਨੇ ਗੱਲ ਨਹੀਂ ਪੁੱਛੀ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਨੂੰ ਕੋਈ ਵੀ ਗੱਲਬਾਤ ਹੋ ਗਈ ਇਹ ਜ਼ਿੰਮੇਵਾਰ ਹੋਣਗੇ ਆਪਾਂ ਤੁਹਾਨੂੰ ਵੀਡੀਓ ਵਿਖਾ ਦਿੰਦੇ ਹਾਂ ਉਹ ਵੀਡੀਓ ਸਾਡੇ ਕੋਲ ਹੈਗੀ ਹੈ ਸਵੇਰ ਦੀ ਬਣੀ ਪਈ ਉਹ ਇੱਕ ਪਿੰਗਲਾ ਜਿਹਾ ਇੱਥੇ ਉਹਨਾਂ ਦਾ ਘਰ ਦਾ ਹੈਗਾ ਬੰਦਾ ਉਹਨੂੰ ਗਾੜੀ ਕਰ ਦਿੰਦੇ ਆ ਕਿ ਇਹਨੂੰ ਮਾਰੋ ਫੋਟੋ ਅਤੇ ਆਪਾਂ ਇਹਦਾ ਕੁਛ ਬਣਾ ਦਈਏ ਮੈਂ ਇਹ ਕਹਿੰਦਾ ਵੀ ਧੀਆਂ ਸਾਰਿਆਂ ਦੀ ਸਾਂਝੀਆਂ ਹੁੰਦੀਆਂ ਨੇ ਸਰ ਮੇਰੀ ਨਾ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਇਹਨਾਂ ਤੋਂ ਖਤਰਾ ਹੈ ਮੈਨੂੰ ਮੇਰੀ 4 ਬੇਟੀਆਂ ਨੇ ਇੱਕ ਬੇਟਾ ਵਾ ਅਤੇ ਇਹਨਾਂ ਤੋਂ ਮੈਨੂੰ ਥੋੜ੍ਹਾ ਜਿਹਾ ਖਤਰਾ ਹੈਗਾ ਵਾ ਇਹ ਨਾ ਮੇਰੇ ਕੁੜਮਾਂ ਦੇ ਪਿੰਡ ਵਿੱਚ ਵੀ ਗਏ ਸੀ ਕਿ ਆਪਾਂ ਉਸ ਮੁੰਡੇ ਨੂੰ ਵੱਢ ਦੇਣਾ ਵਾ ਹੈ ਨਾ ਇਹ ਪੁਲਿਸ ਪ੍ਰਸ਼ਾਸਨ ਤੋਂ ਮੈਂ ਬੇਨਤੀ ਕਰਦਾ ਵਾਂ ਵੀ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਵੇ ਮੇਰੀ ਬੱਬਰੀ ਗਈ ਉੱਥੇ ਉਹਨਾਂ ਘਰ ਜਾਂਦਾ ਉਹ ਕਹਿੰਦਾ ਸਾਡੇ ਨਾਲ ਨਿੱਕੇ ਨੇ ਗੱਲ ਨੀ ਕੀਤੀ ਮੈਨੂੰ ਜੋ ਮਾਰ ਲੱਗੇ ਕੁੜੀਆਂ ਵੀ ਪੈ ਗਈਆਂ ਪਿਓ ਵੀ ਪੈ ਗਿਆ ਗੱਲ ਤੇ ਕਿਤੇ ਪੁਰਾਣੀ ਸਾਨੂੰ ਪਤਾ ਮੈਨੂੰ ਆਪ ਨੀ ਪਤਾ ਕੀ ਗੱਲ ਹੋਈ ਆ ਕੁੜੀ ਕਿਤੇ ਹੈ ਆਪਣੀ ਪੁਰਾਣੀ ਕ੍ਰਿਸਚਨ ਵਾ ਮਾਜ ਮੁੰਡੇ ਨਾਲ ਨਿਕਲ ਗਈ ਸਾਨੂੰ ਤੂੰ ਨਿੱਕੇ ਨੇ ਗੱਲ ਕੀ ਉਹ ਮੇਰਾ ਭਰਾ ਬਣਿਆ ਯਾਰ ਦੋਸਤੀ ਉਦੋਂ ਮੈਂ ਜਦੋਂ ਮਰ ਗਿਆ ਮੈਂ ਤਾਂ ਕਿਤੇ ਉੱਥੇ ਵੜਿਆ ਨਹੀਂ ਕਿਤੇ ਪਿੰਡ ਵੀ ਨਹੀਂ ਗਿਆ ਇਹਨਾਂ ਨੇ ਕਹਿ ਤਾ ਵੀ ਨਿੱਕੇ ਨੇ ਕੋ ਗਿਆ ਤਾਂ ਉਹਨੂੰ ਮੁੜ ਕੇ ਇਹ ਘਰ ਦੀ ਮੇਰੇ ਉੱਥੇ ਚੱਲ ਗਈ ਉਹਨਾਂ ਦੇ ਘਰ ਹੈ ਵੀ ਨਿੱਕੇ ਨੇ ਗੱਲ ਕੀਤੀ ਕਹਿੰਦਾ ਚਾਚੇ ਸਾਡੇ ਨਾਲ ਗੱਲ ਕੋਈ ਨਹੀਂ ਕੀਤੀ ਕਹਿੰਦਾ ਸਾਨੂੰ ਤੂੰ ਹੋਰ ਕੇ ਪਾਸੇ ਲਿਆਏ ਤੇ ਕੀਤੀ ਸੀ ਅਸੀਂ ਉਹ ਕਹਿੰਦੇ 4 ਵਜੇ ਸਵੇਰੇ ਆ ਜਾਓ ਤੇ ਮੁੜ ਕੇ ਹਮਲਾ ਫਿਰ ਇਹਨਾਂ ਨੇ ਬੁਲਾ ਤਾ ਇਹ ਕਦੋਂ ਮਾਰਿਆ ਹਮਲਾ ਇਹ ਸਵੇਰੇ ਮੈਨੇ ਕਿੰਨੇ ਵਜੇ ਸਵੇਰੇ ਕਿੰਨੇ ਕਿੰਨੇ 8-9 ਦਾ ਟਾਈਮ ਕਿੰਨੇ ਜਣੇ ਸੀ ਕੁੜੀਆਂ ਮਾੜਾ ਉਹ ਬੱਬਰੀ ਵਾਲਿਆਂ ਨਹੀਂ ਬੱਬਰੀ ਵਾਲੀ ਰਾਤ ਸੀ ਇਹ ਇਹਦਾ ਘਰ ਵਾਲਾ ਸੀ ਕੁੜੀਆਂ ਹੀ 5-4 ਜਾਣੇ ਦੀ ਘਰ ਦੀ ਬਾਕੀ ਰਾਤੀ ਉਹ ਸੀ 5-7 ਜਾਣੇ
ਉਹ ਮੇਰੇ ਨਾਲ ਵੀ ਗੱਲ ਕੀਤੀ ਉਹਨਾਂ ਮੈਂ ਤਾਂ ਅੰਦਰ ਸੁੱਤਾ ਹੀ ਮੰਗ ਕਰਦੀ ਭਾਜੀ ਭੈਣ ਗਈ ਸੀ ਬੱਬਰੀ ਮੇਰੇ ਮੈਨੂੰ ਨਹੀਂ ਪਤਾ ਮੈਂ ਇਹ ਘਰ ਮੇਰੇ ਹਸਬੈਂਡ ਇਕੱਲਾ ਸੀ ਇਹਨੇ ਫੜ ਕੇ ਅਤੇ ਇਹਨਾਂ ਨੇ ਕੁੜੀਆਂ ਨੇ ਅਤੇ ਉਹਦੇ ਮਤਲਬ ਪਾਪਾ ਨੇ ਆਪ ਉਹਨਾਂ ਨੇ ਕੁੱਟ ਕੱਟ ਕੇ ਤੁਹਾਨੂੰ ਐਂ ਅੱਧ ਮਧੋਲਾ ਕੀਤਾ ਹੁੰਦਿਆਂ ਨੂੰ ਜਦੋਂ ਮੈਂ ਉੱਥੋਂ ਆਈ ਮੈਂ ਵੇਖਿਆ ਤਰਲੇ ਲੈਣ ਡਿਆ ਮੰਜੇ ਦੇ ਉੱਤੇ ਪਿਆ ਜਦੋਂ ਮੈਂ ਵੇਖਿਆ ਤਾਂ ਮੇਰੇ ਕੋਲ ਨਹੀਂ ਵੇਖਿਆ ਗਿਆ ਮੈਂ ਚੁੱਕ ਕੇ ਹੋਸਪਿਟਲ ਲਿਆਈ ਅੱਗੇ ਉਹਦੀ ਸੱਟ ਲੱਗੀ ਉਹਨੂੰ ਫਿਰ ਉੱਤੇ ਉਹਨਾਂ ਲੱਤ ਤੋੜ ਦਿੱਤੀ ਉਹਨਾਂ ਨੇ ਫੜ ਕੇ ਫਿਰ ਉਹਦੀ ਝਗੜਾ ਕਿਸ ਗੱਲ ਦਾ ਝਗੜਾ ਇਹਨਾਂ ਦੇ ਰਾਤ ਵੀ ਇਹਨਾਂ ਨੇ ਪਹਿਲਾਂ ਹਮਲਾ ਕੀਤਾ ਸਾਡੇ ਉੱਤੇ ਆਣ ਕੇ ਬੱਬਰੀ ਦੇ ਉਹਨਾਂ ਨੇ ਮੁੰਡੇ ਸੱਦੇ ਆਪਣੇ ਜਵਾਈ ਸੱਦੇ ਉਹਨਾਂ ਨੇ ਉਹਨਾਂ ਨੂੰ ਸੱਦ ਕੇ ਇਹਨਾਂ ਨੇ ਰਾਤ ਸਾਡੇ 'ਤੇ ਹਮਲਾ ਕੀਤਾ ਗੱਲ ਕੁਛ ਨਹੀਂ ਹੋਈ ਵੀ ਨਾ ਕੋਈ ਐਵੇਂ ਸ਼ੱਕ ਦੇ ਆਧਾਰ 'ਤੇ ਕਹਿੰਦੇ ਤੂੰ ਸਾਡੇ ਕੁੜੀਆਂ ਬਾਰੇ ਬਰਖਿਲਾਫ ਬੋਲਦਾ ਮੈਂ ਉਹਨਾਂ ਦੇ ਪਿੰਡ ਬੱਬਰੀ ਪੁੱਛਣ ਚੱਲ ਗਈ ਹਾਂ ਉਹਨਾਂ ਨੇ ਇਹੋ ਗੱਲ ਕਹੀ ਵੀ ਨਹੀਂ ਉਹਨੇ ਨਹੀਂ ਕੋਈ ਵੀ ਇਹੋ ਜਿਹੀ ਕੋਈ ਗੱਲਬਾਤ ਕੀਤੀ ਹੈਗੀ ਵੀ ਅਤੇ ਮੈਂ ਉੱਥੋਂ ਆਈ ਹਾਂ ਮੈਨੂੂੰ ਫੋਨ ਕੀਤਾ ਮਗਰੋਂ ਬਾਅਦ 'ਚ ਕਹਿੰਦੇ ਵੀ ਉਹਨੂੰ ਤਾਂ ਸੱਟਾਂ ਲਾ ਦਿੱਤੀਆਂ ਵਾ ਉਹ ਤਰਲੇ ਲਿਆਉਣ ਡਿਆ ਫੇਰ ਆਉਂਦਾ ਉਹਨਾਂ ਕੁੜੀਆਂ ਹੱਥੀ ਪੈ ਗਈਆਂ ਨਾਲੇ ਉਹਦਾ ਆਪ ਪਿਓ ਪੈ ਗਿਆ ਕੁੜੀਆਂ ਮੈਂ ਘਰ ਆਈ ਮੈਂ ਨਹੀਂ ਕੋਈ ਗੱਲਬਾਤ ਕੀਤੀ ਮੈਂ ਚੁੱਕਿਆ ਮੈਂ ਅੰਦਰ ਮੈਂ ਵੇਖ ਕੇ ਅਤੇ ਮੈਂ ਹੋਸਪਿਟਲ ਉਹਨੂੰ ਲੈ ਪੁਰਾਣੀ ਗੱਲਬਾਤ ਰੰਜਸਤ ਨਹੀਂ ਹੈਗੀ ਪੁਰਾਣੀ ਮੇਰੀ ਨਹੀਂ ਉਹਨਾਂ ਨਾਲ ਕੋਈ ਝਗੜਾ ਲਿੰਕ ਨਹੀਂ ਹੈਗਾ ਵੀ ਯਾਰ ਕਿੰਨੇ ਜਣੇ ਤੁਹਾਡੇ ਘਰ ਆ ਕੇ ਕੁੱਟੇ ਘਰੇ ਉਹਨਾਂ ਸਾਡੇ ਬੂਹੇ ਗਾਲੀ ਕੁੱਟ ਕੇ ਗਏ ਆ ਉੱਤੋਂ ਕੋਠੇ 'ਤੇ ਚੜ੍ਹ ਕੇ ਰੋੜੇ ਚਲਾਉਂਦੀਆਂ ਕੁੜੀਆਂ ਕੋਈ ਵੀਡੀਓ ਹੈਗੀ ਇਹਦੀ ਵੀਡੀਓ ਹੈਗੀ ਆ ਉਹਨਾਂ ਦੀਆਂ ਹੁਣ ਕੋਈ ਪੁਲਿਸ ਕੰਪਲੇਂਟ ਕੀਤੀ ਮੈਂ ਪੁਲਿਸ ਕੰਪਲੇਂਟ ਰਾਤ ਦੀ ਕੀਤੀ ਮੈਂ 112 ਨੰਬਰ 'ਤੇ ਮੈਂ ਫੋਨ ਲਾਇਆ ਸੀ ਉਹ ਮੁਲਾਜ਼ਮ ਆਏ ਸੀ ਉਹਨਾਂ ਨੇ ਕਿਹਾ ਵੀ ਤੁਹਾਡਾ 4 ਵਜੇ ਫੈਸਲਾ ਕਰ ਦਾਂਗੇ ਲੇਕਿਨ ਉਹਨਾਂ ਨੇ ਫਿਰ ਇੱਥੇ ਵਾਰਦਾਤ ਫਿਰ ਉਹਨਾਂ ਨੇ ਉਹਨੂੰ ਕੁੱਟਿਆ ਮਾਰਿਆ ਕੀਤੀ ਹੁਣ ਕੀ ਮੰਗ ਕਰਦੇ ਹੋ ਮੈਂ ਇਹੋ ਮੰਗ ਕਰਦੀ ਹਾਂ ਕਿ ਮੇਰਾ ਮਤਲਬ ਸਹੀ ਫੈਸਲਾ ਹੋਣਾ ਚਾਹੀਦਾ ਵਾ ਵੀ ਇਹ ਘੜੀ ਮੁੜੀ ਸਾਡੇ ਨਾਲ ਝਗੜਾ ਕਲੇਸ਼ ਕਿਉਂ ਕਰਦੇ ਫਿਰ ਉਹ ਭਾਅ ਜੀ ਘਰ 'ਚ ਕਮਾਉਣ ਵਾਲਾ ਸੀ ਮੈਂ ਸਿਰ 'ਤੇ ਬੈਠੀ ਇੱਕ ਗੱਲ ਠੀਕ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਕੀ ਉਹਨਾਂ ਨੂੰ ਮਾਰਿਆ ਕੀ ਨਹੀਂ ਕੀਤਾ ਉਹਨੂੰ ਮੰਜੇ 'ਤੇ ਪਾਤਾ 2 ਮੇਰੇ ਬੱਚੇ ਆ ਮੈਂ ਉਹ ਮੰਗ ਕਰਦੀ ਹਾਂ ਕਿ ਮਤਲਬ ਇਹਨਾਂ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚਿਆਂ ਨੂੰ ਕੋਈ ਵੀ ਗੱਲਬਾਤ ਹੋ ਗਈ ਇਹ ਜ਼ਿੰਮੇਵਾਰ ਹੋਣਗੇ ਆਪ ਉਹਨਾਂ ਨੂੰ ਕੋਈ ਡਰ ਖਤਰਾ ਨਹੀਂ ਮੁਲਾਜ਼ਮਾਂ ਨੇ 4 ਵਜੇ ਦਾ ਟਾਈਮ ਦਿੱਤਾ ਹੋਇਆ ਸੀ ਵੀ ਮਤਲਬ ਆਪਾਂ 4 ਵਜੇ ਆਵਾਂਗੇ ਅਤੇ ਤੁਹਾਡਾ ਫੈਸਲਾ ਕਰਾਂਗੇ ਇਹਨਾਂ ਨੇ 4 ਵਜੇ ਵੀ ਨਹੀਂ ਉਹਨਾਂ ਨੇ ਟਿਕਿਆ ਉਹਨਾਂ ਨੇ 8-9 ਮਤਲਬ ਟਾਈਮ ਦੇ ਵਿੱਚ 8-9 ਵਜੇ ਦੇ ਟਾਈਮ ਦੇ ਵਿੱਚ ਉਹਨੂੰ ਫਿਰ ਵਿਚਾਰੇ ਨੂੰ ਕੁੱਟ ਕੱਟ ਦਿੱਤਾ ਅੰਦਰ ਮੈਂ ਆਈ ਉਹ ਅਤੇ ਮੈਂ ਆਣ ਕੇ ਉਸ ਹੋਸਪਿਟਲ ਲੈ ਕੇ ਆ ਗਈ ਉਹਨੂੰ ਹਾਂਜੀ ਭਾਅ ਜੀ ਕੀ ਨਾਮ ਹੈ ਸਹੁਰੇ ਪਰਿਵਾਰ ਲੈਣ ਆਏ ਸੀ ਉਹਨਾਂ ਨੂੰ ਬੇਟੀ ਮੇਰੀ ਨੂੰ ਤੇ ਸਾਡੇ ਜਿਹੜਾ ਸਰੀਕਾ ਮਾਮਲਾ ਸੀ ਉਹਨਾਂ ਨੇ ਉਹਨਾਂ ਨੂੰ ਥੋੜਾ ਜਿਹਾ ਕਿਹਾ ਕਿ ਤੁਸੀਂ ਦੂਸਰੀ ਬਰਾਦਰੀ ਦੇ ਵਿੱਚ ਵਿਆਹ ਰਹੇ ਹੋ ਇਹ ਚੰਗਾ ਨਹੀਂ ਹੈਗਾ ਇਹ ਆਪਾਂ ਕ੍ਰਿਸਚਨ ਨੂੰ ਨੇ ਮਾਸੇ ਹੁੰਦੇ ਆ ਇਹ ਤੁਸੀਂ ਬੇਟੀ ਉਹਨਾਂ ਦੀ ਛੱਡ ਦਿਓ ਉਹਨਾਂ ਨੂੰ ਕਿਹਾ ਸਾਨੂੰ ਨਹੀਂ ਕਿਹਾ ਮਤਲਬ ਉਹਨਾਂ ਨੂੰ ਕਿਹਾ ਗਿਆ ਤੇ ਉਹ ਆਪਣੇ ਬੇਟੀ ਤੇ ਬੇਟਾ ਆਪੋ ਚੋਂ ਦੀ ਰਾਜੀ ਸੀ ਤੇ ਆਪਾਂ ਕਰ ਦਿੱਤਾ ਇਹਨਾਂ ਨੂੰ ਕੀ ਸਾਡੇ ਨਾਲ ਲੱਗੇ ਹਨਾ ਰਾਤ ਨੂੰ ਕੀ ਹੋਇਆ ਰਾਤ ਨੂੰ ਫਿਰ ਇੱਦਾਂ ਆਪਾਂ ਇਹਨਾਂ ਨੂੰ ਕਿਹਾ ਵੀ ਇਹ ਤੁਸੀਂ ਗੱਲ ਕਿਉਂ ਕੀਤੀ ਸਾਡੇ ਨਾਲ ਜਦੋਂ ਸਾਡੇ ਬੱਚੇ ਰਾਜੀ ਹੈ ਤੇ ਆਪਾਂ ਕਰ ਦਿੱਤਾ ਫਿਰ ਇਹਨਾਂ ਨੇ ਸਾਡੇ ਘਰ ਦੇ ਉੱਤੇ ਆਪਣਾ ਇੱਟ ਰੋਡ ਜਿਹੜਾ ਚਲਾਇਆ ਵਾ ਤੇ ਮੇਰੇ ਵੀ ਇਹਨਾਂ ਨੇ ਦਾਤਰ ਦੀ ਜਿਹੜੀ ਚੁੰਝ ਮਾਰੀ ਆ ਇੱਥੇ ਲੱਤ ਦੇ ਉੱਤੇ ਮਾਰੀ ਆ ਕਿੰਨੇ ਮਾਰੀ ਹੈ ਸਰਜੀਤ ਮਸੀਹ ਨੇ ਭਾਅ ਜੀ ਉਹ ਤੇ ਉਹਨਾਂ ਦੇ ਵੀ ਸੱਟ ਲੱਗੀ ਉਹ ਕਹਿੰਦੇ ਕਿ ਰਾਤ ਜਿਹੜਾ ਵਾਕਿਆ ਹੋਇਆ ਰਾਤੀ ਰੋੜੇ ਵਗੈਰਾ ਚੱਲੇ ਆ ਸਵੇਰੇ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਤੁਹਾਡੀ ਬੇਟੀਆਂ ਦੇ ਇਲਜ਼ਾਮ ਲਾਉਂਦੇ ਪਏ ਕਿ ਮਤਲਬ ਆਪਣੇ ਉਹਨਾਂ ਦੇ ਬੂਹੇ ਦੇ ਵਿੱਚ ਜਾ ਕੇ ਤੇ ਉਹਨਾਂ ਦੇ ਕੁਛ ਮਾਰੀ ਉਹਨੂੰ ਕੀ ਭਾਅ ਜੀ ਆਪਾਂ ਤੁਹਾਨੂੰ ਵੀਡੀਓ ਵਿਖਾਲ ਦਿੰਦੇ ਹਾਂ ਉਹ ਵੀਡੀਓ ਸਾਡੇ ਕੋਲ ਹੈਗੀ ਹੈ ਸਵੇਰ ਦੀ ਬਣੀ ਪਈ ਉਹ ਇੱਕ ਪਿੰਗਲਾ ਜਿਹਾ ਇੱਥੇ ਉਹਨਾਂ ਦਾ ਘਰ ਦਾ ਹੈਗਾ ਬੰਦਾ ਉਹਨੂੰ ਗਾੜੀ ਕਰ ਦਿੰਦੇ ਆ ਕਿ ਇਹਨੂੰ ਮਾਰੋ ਕੁੱਟੋ ਤੇ ਆਪਾਂ ਇਹਦਾ ਕੁਛ ਬਣਾ ਦਈਏ ਤੇ ਆਪਾਂ ਉਹਦੇ ਕੋਲ ਕੀ ਲੈਣਾ ਉਹ ਤੇ ਅੱਗੇ ਮਰਿਆ ਹੋਇਆ ਠੀਕ ਹੈ ਨਾ ਜੀ ਮਰੇ ਬੰਦੇ ਨੂੰ ਕੀ ਮਾਰਨਾ ਇਸ ਕਰਕੇ ਤੁਸੀਂ ਕੱਲ ਦਾ ਮੈਡੀਕਲ ਕਿਉਂ ਨਹੀਂ ਕਰਾਇਆ ਜੇ ਤੁਸੀਂ ਰਾਤ ਦੀ ਤੁਹਾਡੇ ਸੱਟ ਲੱਗੇ ਕਿਉਂ ਨਹੀਂ ਮੈਡੀਕਲ ਕਰਾਇਆ ਸਰ ਉਹ ਨਾ ਇਹਨਾਂ ਨੇ ਸਿੰਘੋ ਵਾਲਾ ਵੀ ਬੰਦੇ ਆਪਣੇ ਮੰਗਾਏ ਸੀ ਮੁੰਡੇ ਆਪਣੇ ਤੇ ਇਸ ਕਰਕੇ ਆਪਾਂ ਫਿਰ ਮੈਂ ਬੱਚਿਆਂ ਨੂੰ ਘਰ ਨਹੀਂ ਸੀ ਸੱਟ ਸਕਦਾ
ਹਨਾ ਇੰਨਾ ਵੀ ਡਰ ਸੀ ਵੀ ਮੈਂ ਜੇ ਇੱਦਾਂ ਹੋਸਪਿਟਲ ਚਲ ਜਾਂ ਜਾਂ ਮੈਂ ਥਾਣੇ ਚਲ ਜਾਂ ਤੇ ਬੱਚੇ ਘਰ ਕੀ ਕਰਨਗੇ ਘਮੰਡ ਆ ਨਾ ਇਹ ਟੁੱਟਣਾ ਚਾਹੀਦਾ ਵਾ ਮੈਂ ਗਰੀਬ ਬੰਦਾ ਵਾ ਮੈਂ ਬੱਚਿਆਂ ਵਾਲਾ ਧੀਆਂ ਵਾਲਾ ਬੰਦਾ ਵਾ ਤੇ ਇਹਨਾਂ ਦਾ ਮੈਨੂੰ ਡਰ ਹੀ ਰਹਿੰਦਾ ਵਾ ਮੇਰੀਆਂ ਧੀਆਂ ਵਾ ਇਹ ਜਿਹੜਾ ਗੰਦਾ ਪਣ ਆਪਣਾ ਪਿੰਡ ਦੇ ਵਿੱਚ ਛੱਡ ਦੇਣ ਜਿੱਦਾਂ ਮੇਰੇ ਬੱਚਿਆਂ ਨੇ ਕਰਦੇ ਇੱਦਾਂ ਨਾ ਹੋਵੇ ਮੈਂ ਇਹੀ ਕਹਿੰਦਾ ਵੀ ਧੀਆਂ ਸਾਰਿਆਂ ਦੀ ਸਾਂਝੀਆਂ ਹੁੰਦੀਆਂ ਨੇ ਸਰ ਮੇਰੀ ਨਾ ਹੱਥ ਜੋੜ ਕੇ ਬੇਨਤੀ ਆ ਕਿ ਮੈਂ ਇਹਨਾਂ ਤੋਂ ਖਤਰਾ ਹੈ ਮੈਨੂੰ ਮੇਰੀ ਚਾਰ ਬੇਟੀਆਂ ਨੇ ਇੱਕ ਬੇਟਾ ਵਾ ਅਤੇ ਇਹਨਾਂ ਤੋਂ ਮੈਨੂੰ ਥੋੜ੍ਹਾ ਜਿਹਾ ਖਤਰਾ ਹੈਗਾ ਵਾ ਇਹ ਨਾ ਮੇਰੇ ਕੁੜਮਾਂ ਦੇ ਪਿੰਡ ਵਿੱਚ ਵੀ ਗਏ ਸੀ ਵੀ ਆਪਾਂ ਉਸ ਮੁੰਡੇ ਨੂੰ ਵੱਢ ਦੇਣਾ ਵਾ ਹਨਾ ਇਹ ਪੁਲਿਸ ਪ੍ਰਸ਼ਾਸਨ ਤੋਂ ਮੈਂ ਬੇਨਤੀ ਕਰਦਾ ਵਾਂ ਵੀ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਵੇ ਧੰਨਵਾਦ ਮੇਰਾ ਨਾਮ ਭਾਜੀ ਜੋਤੀ ਆ ਤੇ ਪਿੰਡ ਮੇਰਾ ਬਾਜੀ ਚੱਕ ਆ ਕੀ ਗੱਲਬਾਤ ਹੋ ਗਈ ਭਾਜੀ ਗੱਲਬਾਤ ਇੱਦਾਂ ਹੋਈ ਕਿ ਬੇਟਾ ਲੈਣ ਆਇਆ ਸੀ ਤੇ ਇਹਨਾਂ ਨੇ ਬੇਟੇ ਨੂੰ ਚੁੱਕਣਾ ਚੱਕਣਾ ਚਾੜੀ ਕਿ ਇਹ ਪਰ ਕੁੜੀਆਂ ਗੰਦੀਆਂ ਵਾਂ ਤੁਸੀਂ ਕਿੱਥੇ ਰਿਸ਼ਤਾ ਜੋੜ ਲਿਆ ਵਾ ਤੇ ਬੇਟੇ ਨੂੰ ਇਹਨਾਂ ਨੇ ਹੱਥੀਂ ਪੈਣ ਤੱਕ ਗਏ ਇਹਨਾਂ ਨੇ ਬੇਟੇ ਨੂੰ ਡਰਾਟ ਮਾਰੇ ਆ ਨਾਲੇ ਤੇ ਇਹਨਾਂ ਨੇ ਫਿਰ ਕਿਹਾ ਕਿ ਗੰਦੇ ਆ ਇਹ ਤੁਸੀਂ ਮਹਾਸ਼ਾ ਬਰਾਦਰੀ ਨਾਲ ਰਿਸ਼ਤਾ ਜੋੜ ਲਿਆ ਵਾ ਸਾਡੀ ਬੇਟੀ ਦੀ ਲਵ ਮੈਰਿਜ ਆ ਚਲੋ ਉਹਨਾਂ ਨੂੰ ਪਸੰਦ ਸੀ ਦੋਨੇ ਜੀਆਂ ਨੂੰ ਦੋਨੇ ਬੇਟੀ ਬੇਟਾ ਰਾਜੀ ਸੀ ਅਤੇ ਆਪਾਂ ਚਲੋ ਖੁਸ਼ੀ ਨਾਲ ਉਹਨਾਂ ਦੀ ਦੇ ਵਿਆਹ ਕਰ ਦਿੱਤਾ ਅਸੀਂ ਵੀ ਚਲੋ ਸਾਨੂੰ ਚੰਗੇ ਲੱਗੇ ਅਤੇ ਅਸੀਂ ਸ਼ਾਦੀ ਕਰ ਦਿੱਤੀ ਅਤੇ ਇਹਨਾਂ ਨੇ ਮੁੰਡੇ ਨੂੰ ਕਿਹਾ ਕਿ ਤੂੰ ਇਹਨੂੰ ਛੱਡ ਦੇ ਅਤੇ ਉਹ ਮੁੰਡਾ ਵਾ ਕਹਿੰਦਾ ਕਿ ਮੈਂ ਆਪਣੇ ਜੀਵਨ ਸਾਥੀ ਨੂੰ ਕਿੱਦਾਂ ਛੱਡ ਸਕਦਾ ਵਾਂ ਜਦੋਂ ਫਿਰ ਇੱਦਾਂ ਦੀਆਂ ਗੱਲਾਂ ਇਹਨਾਂ ਨੂੰ ਕੀ ਪ੍ਰੋਬਲਮ ਸੀ ਜੇ ਵਿਆਹ ਕੀਤਾ ਇਹ ਕਹਿੰਦੇ ਕਿ ਤੁਸੀਂ ਪਰਾਈ ਜਾਤ ਦੇ ਵਿੱਚ ਵੀ ਅਨਪੜ੍ਹੇ ਤੁਹਾਡੇ ਰਿਸ਼ਤੇਦਾਰ ਹੋ ਹਾਂਜੀ ਨਹੀਂ ਸਾਡੇ ਆਂਢ ਗੁਆਂਢ ਹੈ ਅੱਛਾ ਅੱਛਾ ਹਾਂਜੀ ਸ਼ਰੀਕੇ ਚੋਂ ਵਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਰਿਸ਼ਤਾ ਜਿਹੜਾ ਇਹ ਕਿਉਂ ਜੋੜਿਆ ਵਾ ਸਾਈਆਂ ਨਾਲ ਰਿਸ਼ਤਾ ਕਿਉਂ ਕੀਤਾ ਵਾ ਤੇ ਅਸੀਂ ਕਿਹਾ ਵੀ ਸਾਡੀ ਬੇਟੀ ਖੁਸ਼ ਆ ਤੇ ਆਪਾਂ ਵੀ ਖੁਸ਼ ਵਾ ਤੇ ਬਾਅਦ 'ਚ ਜਦੋਂ ਇੱਦਾਂ ਦੀਆਂ ਗੱਲਾਂ ਕੀਤੀਆਂ ਤੇ ਇਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ ਅਸੀਂ ਘਰੇ ਹੀ ਸਾਡੀਆਂ ਚਾਰ ਬੇਟੀਆਂ ਅਤੇ ਇੱਕ ਛੋਟਾ ਬੇਟਾ ਵਾ ਤੇ ਜਦੋਂ ਇਹਨਾਂ ਨੇ ਇਲਜ਼ਾਮ ਲਾਉਂਦੇ ਪਏ ਆ ਕਿ ਤੁਹਾਡੀ ਬੇਟੀਆਂ ਨੇ ਉਹਨਾਂ ਦੇ ਕੋਈ ਨਕੀਲੀ ਚੀਜ਼ ਵਗੈਰਾ ਮਾਰੀ ਉਸ ਬੰਦੇ ਦੇ ਉਹਦੇ ਨਹੀਂ ਭਾਜੀ ਇੱਦਾਂ ਦਾ ਕੁਛ ਨਹੀਂ ਹੋਇਆ ਇਹ ਆਪਣੇ ਕੋਲੋਂ ਬਣਾਉਂਦੇ ਆ ਕਿਉਂਕਿ ਇਹਨਾਂ ਨੇ ਸਾਡੇ 'ਤੇ ਦੋ ਹੱਲੇ ਤਿੰਨ ਕਰ ਦਿੱਤੇ ਆ ਅੱਗੇ ਵੀ ਮੇਰੀ ਕੁੜੀ ਨੂੰ ਇਹਨਾਂ ਨੇ ਮਾਰਿਆ ਸੀ ਇਹ ਪਿੰਦਰ ਨੇ ਇਹਨੇ ਬਹੁਤ ਜ਼ਿਆਦਾ ਮਾਰਿਆ ਸਕੂਲ ਦੇ ਵਿੱਚ ਲੜਾਈ ਹੋਈ ਸੀ ਉਦੋਂ ਵੀ ਇਹਨਾਂ ਨੇ ਬਹੁਤ ਮਾਰਿਆ ਸੀ ਅਤੇ ਉਦੋਂ ਬਾਅਦ 'ਚ ਇਹਨਾਂ ਨੇ ਆਹ ਦੂਸਰਾ ਹੱਲ ਸਾਡੇ 'ਤੇ ਕੀਤਾ ਵਾ ਇਹ ਇਕੱਲੇ ਆ ਤੇ ਕੋਈ ਸਾਡੀ ਵੀ ਨਹੀਂ ਸੁਣਾਈ ਨਹੀਂ ਕਰਦਾ ਫਿਰ ਤੇ ਰਾਤ ਦੀ ਸੱਟ ਲੱਗੀ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਇਆ ਭਾਜੀ ਹਾਂ ਇਹਨਾਂ ਨੇ ਬਾਹਰ ਨਹੀਂ ਨਿਕਲ ਦਿੱਤਾ ਜੇ ਡਰਾਟ ਲੈ ਕੇ ਖੜੇ ਰਹੇ ਤੇ ਅਸੀਂ ਫਿਰ ਮੈਡੀਕਲ ਵੀ ਨਹੀਂ ਕਰਾ ਸਕੇ ਜੇ ਹੁਣ ਵੀ ਅਸੀਂ ਖੜਨ ਲੱਗੇ ਸਵੇਰੇ ਤੇ ਜਿਹੜਾ ਨਿੱਕਾ ਵਾ ਇਹਨਾਂ ਦਾ ਪਰਿਵਾਰ ਦਾ ਉਹਨੇ ਮੇਰੇ ਘਰ ਵਾਲੇ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਸਾਡੇ ਕੋਲ ਸਵੇਰ ਦੀਆਂ ਵੀਡੀਓ ਹੈਗੀਆਂ ਵਾ ਤੇ ਰਾਤ ਦੀਆਂ ਵੀ ਵੀਡੀਓ ਹੈਗੀਆਂ ਸਾਰੀਆਂ ਕੀ ਮੰਗ ਕਰਦੇ ਹੋ ਭੈਣ ਪ੍ਰਸ਼ਾਸਨ ਅਸੀਂ ਇਹੀ ਮੰਗ ਕਰਦੇ ਹੱਥ ਜੋੜ ਕੇ ਕਿ ਭਾਜੀ ਸਾਡੀ ਸੁਣਾਈ ਹੋਵੇ ਤੇ ਸਾਡੇ ਬੱਚੇ ਆ ਸਾਡੀਆਂ ਬੇਟੀਆਂ ਵਾ ਤੇ ਸਾਡੇ ਕਾਰਵਾਈ ਇਹਨਾਂ 'ਤੇ ਸਖ਼ਤ ਕੀਤੀ ਜਾਵੇ ਕਿਉਂਕਿ ਸਾਡੀ ਬੇਟੀ ਨੂੰ ਇਹਨਾਂ ਨੇ ਧੂਹ ਧੂਹ ਕੇ ਖੜਿਆ ਸੀ ਘਰ ਅਤੇ ਬੇਟੀ ਨੂੰ ਨਲਾਂ ਵਿੱਚ ਲੱਤਾਂ ਮਾਰੀਆਂ ਅਤੇ ਨਾਲੇ ਰੋੜਾ ਬਹੁਤ ਚਲਾਇਆ ਇਹਨਾਂ ਅਸੀਂ ਇਹੋ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਸੁਣਾਈ ਉਹ ਚੰਗੀ ਤਰ੍ਹਾਂ ਕੀਤੀ ਜਾਵੇ ਅਤੇ ਗਾੜੀ ਸਾਡੇ ਬੱਚਿਆਂ 'ਤੇ ਕੋਈ ਆਂਚ ਨਾ ਆਵੇ।